ਮੈਂ ਜਿੰਦਰ ਸਿੰਘ ਪਿੰਡ ਸੰਧੂ ਆ ਜਿਹੜਾ ਰੋਪੜ ਆ। ਪਹਿਲਾਂ ਮੈਂ ਸਬਜ਼ੀਆਂ ਆਮ ਖੇਤੀ ਕਰਦਾ ਸੀ ਕਣਕ ਝੋਨਾ ਦੀ। 2002 ਤੋਂ ਮੈਂ ਸਬਜ਼ੀਆਂ ਦੀ ਖੇਤੀ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਤੋਂ ਟ੍ਰੇਨਿੰਗ ਲੈ ਕੇ, ਪਹਿਲਾਂ ਮੈਂ ਹਾਈਬ੍ਰਿਡ CH1 ਟਮਾਟਰਾਂ ਦੀ ਹਾਈਬ੍ਰਿਡ ਦੀ ਟ੍ਰੇਨਿੰਗ ਲਈ। ਉਸ ਤੋਂ ਬਾਅਦ ਮੈਂ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਤੀ, ਪਨੀਰੀਆਂ ਦਾ ਕੰਮ ਕਰਤਾ, ਮਿਰਚ, ਸ਼ਿਮਲਾ ਮਿਰਚ, ਅਤੇ ਖੇਤ ਵਿੱਚ ਲਾਉਣੀਆਂ ਵੀ ਸ਼ੁਰੂ ਕਰਦੇ ਹਾਂ। ਟਮਾਟਰ ਦੀ ਖੇਤੀ, ਮਿਰਚ ਦੀ ਖੇਤੀ, ਸ਼ਿਮਲਾ ਮਿਰਚ ਦੀ, ਪਹਿਲਾਂ ਤਾਂ ਮੈਂ ਬਾਹਰੇ ਓਪਨ 'ਚ ਸ਼ਿਮਲਾ ਮਿਰਚ ਲਾਉਂਦਾ ਤਾ ਜੀ। ਉਸ ਤੋਂ ਬਾਅਦ ਮੈਂ 2007 ਤੋਂ ਨੈਟਹਾਊਸ ਵਿੱਚ ਖੇਤੀ ਸ਼ੁਰੂ ਕਰ ਲਈ ਜੀ, ਜਿਸ ਤੋਂ ਵਿੱਚ ਸਾਨੂੰ ਬਾਹਰ ਤਾਂ ਬਾਹਰ ਨਾਲੋਂ ਅੰਦਰ ਜਿਹੜਾ ਪ੍ਰੋਫਿਟ ਦਾ ਡਬਲ ਹੋ ਗਿਆ, ਦੁੱਗਣਾ। ਉਸ ਤੋਂ ਬਾਅਦ ਜੀ ਅਸੀਂ ਫਿਰ ਹੌਲੀ ਹੌਲੀ ਹੋਰ ਸ਼ਿਮਲਾ ਮਿਰਚ ਬਾਹਰ, ਟਮਾਟਰ ਬਰਸਾਤੀ ਟਮਾਟਰ ਸ਼ੁਰੂ ਕਰਤਾ ਲਾਉਣਾ, ਉਹਦੇ ਵਿੱਚ ਸਾਨੂੰ ਰੇਟ ਵਧੀਆ ਮਿਲ ਜਾਂਦਾ ਤਾ ਜੀ। ਮਿਰਚ ਦੀ ਮਿਰਚ ਦਾ ਕੰਮ ਕਰਤਾ, ਅਤੇ ਗੈਲ ਪਿਆਜ਼ ਦੀ ਪਨੀਰੀ, ਪਿਆਜ਼ ਦਾ ਕੰਮ ਵੀ ਕਰਦੇ ਜੀ, ਖੇਤੀ ਕਰਦੇ ਪਿਆਜ਼ ਦੀ ਜੀ। ਉਸ ਤੋਂ ਬਾਅਦ ਫਿਰ ਅਸੀਂ 2004 ਦੇ ਵਿੱਚ ਜੋ ਕਿਸੇ ਕੇਂਦਰ ਤੋਂ ਟ੍ਰੇਨਿੰਗਾਂ ਸਾਨੂੰ ਮਿਲਦੀਆਂ ਸੀ, ਸਭ ਟ੍ਰੇਨਿੰਗਾਂ ਅਸੀਂ ਲਾਉਂਦੇ ਰਹੇ ਇਸ 'ਤੇ ਜੀ।